ਮੇਰਾ ਨਾਮ ਗੁਰਪ੍ਰੀਤ ਜੀ। ਕੀ ਹੋਇਆ? ਕੁਛ ਨਹੀਂ, ਦੁਕਾਨ 'ਤੇ ਬੈਠੇ ਸੀਗੇ। ਇਸ ਤਾਂ ਦੁਕਾਨ 'ਤੇ ਆ ਕੇ ਅੰਦਰ ਮੁੰਡੇ ਵੜ ਗਏ ਸੀ ਕਿਰਪਾਨੀ। ਉਹ ਸੀਗੇ ਜੀ ਨੰਨੂ ਸੀਗਾ ਜੀ, ਅਤੇ ਇੱਕ ਪੀਤਾ ਸੀਗਾ, ਗਿੱਲ ਸੀਗਾ ਜੀ, ਜੀ ਐਨ ਸੀਗਾ ਜੀ। ਬਸ 5-6 ਜਾਣੇ ਉਹ ਤਾਂ ਹੈਗੇ ਜੀ, 15-20 ਜਾਣੇ ਜੀ। ਪਤਾ ਨਹੀਂ ਲੱਗਿਆ ਹੁਣ ਤਾਂ ਜੀ। ਨਹੀਂ ਜੀ, ਸਾਡੇ ਕੋਲ ਮੁੰਡੇ ਸਾਰੇ ਕੱਪੜੇ ਲੈਣ ਆਉਣੇ ਨੇ, ਕੱਪੜੇ ਕਰਕੇ ਉਹ ਕਹਿੰਦੇ ਤੁਹਾਡੇ ਆਉਂਦੇ ਕਿਉਂ ਨੇ ਜੀ। ਹਾਂਜੀ, ਨਾ 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 ਜੀ। ਕੀ ਮੰਗ ਕਰਦੇ ਪ੍ਰਸ਼ਾਸਨ? ਮੰਗ ਤਾਂ ਬਸ ਇਹੀ ਆ ਜੀ, ਬਸ ਫੜੇ ਜਾਣ ਜੀ, ਉਹ ਪਤਾ ਲੱਗੇ ਕਿਹੜੇ ਨੇ। ਕੀ ਨਾਮ? ਵਿਕਾਸ ਕੁਮਾਰ ਜੀ, ਕੱਪੜੇ ਦਾ ਜੀ, ਰੈਡੀਮੇਡ। ਕੀ ਨਾਮ ਤੁਹਾਡਾ? ਵਿੱਕੀ ਕਲੈਕਸ਼ਨ ਜੀ। ਕੀ ਹੋਇਆ ਸੀ ਜਦੋਂ? ਅਸੀਂ ਤਾਂ ਦੁਕਾਨ 'ਤੇ ਬੈਠੇ ਸੀਗੇ, 20-25 ਜਣੇ, 5-6 ਜਣੇ ਮੇਰੀ ਦੁਕਾਨ 'ਤੇ ਬਾਹਰ ਉਹ ਕਰਦੇ ਸੀਗੇ ਜੀ, 6-7 ਜਣੇ ਨੇ ਅੰਦਰ ਆ ਕੇ ਦਾਹ ਸਾਰੀ ਦੁਕਾਨ ਭੰਨਤੀ ਜੀ। ਉਹ ਮੁੰਡੇ ਦਾਹ ਮਾਰੇ, ਮੇਰੇ ਮਾਰੇ ਜੀ। ਕੌਣ ਸੀਗੇ? ਪਹਿਲ 5-6 ਜਣੇ ਦਾ ਨਾਂ ਯਾਦ ਨੇ ਜੀ ਮੈਨੂੰ। ਅੱਜੂ ਸੀਗਾ ਜੀ, ਗਿੱਲ ਸੀ ਇੱਕ, ਉਹ ਬਰਮਾਲੀਪੁਰ ਦਾ ਅੰਨੂ ਜੀ, ਅਤੇ ਇੱਕ ਜੋਬਨ ਕਢਾਣੀ ਜੀ, ਅਤੇ ਇੱਕ ਪੈਲ ਦਾ ਪੀਤਾ ਸੀਗਾ ਜੀ। 5-6 ਜਣੇ ਨਾਂ, ਬਾਕੀ ਦਾ ਅਣਪਛਾਤੇ ਨੇ। ਕਾਰਨ ਜੀ, ਪਰ ਸਾਡੀ ਕੋਈ ਰੰਜਿਸ਼ ਨਹੀਂ ਇਹਨਾਂ ਦਾ ਜੀ। ਕੋਈ ਬਸ ਆ ਕੇ ਮੈਨੂੰ ਕਹਿੰਦੇ ਵੀ ਉਹ ਮੁੰਡਾ ਕੱਪੜੇ ਲੈਣ ਆਇਆ ਸੀਗਾ ਸੁਬਹਾ, ਜਿਨ੍ਹਾਂ ਨਾਲ ਲੜੇ ਨੇ, ਮੈਨੂੰ ਕਹਿੰਦਾ ਤੇਰੀ ਦੁਕਾਨ 'ਚ ਬੈਠਾ ਕੱਢ ਬਾਹਰ। ਬਸ ਇੰਨੇ 'ਚ ਚੋਟ 'ਚ ਹਵਾ ਉਹ ਭੰਨ ਗਏ ਸਾਰੀ ਦੁਕਾਨ। ਦਾਮ ਦਾਹ ਸੀ, ਕਿਰਪਾਨਾਂ ਸੀਗੀਆਂ ਜੀ। ਹਾਂਜੀ, ਸੀਡੀ ਫੋਟੇਜ ਵੀ ਹੈਗੇ ਆਪਣੇ ਕੋਲ। ਕੀ ਮੰਗ ਕਰ ਰਹੇ ਪ੍ਰਸ਼ਾਸਨ? ਬਸ ਇਹਨਾਂ 'ਤੇ ਕਾਰਵਾਈ ਹੋਵੇ ਜੀ, ਬਸ ਫੜੇ ਜਾਣ ਜੀ। ਪਰਚਾ ਦਿੱਤਾ ਹੋਵੇ ਸਮਾਨ, ਇੱਕ ਰਿੰਗ ਸੀਗੀ ਜੀ ਮੇਰੀ। ਪੌਣਾ ਘੰਟਾ ਹੋ ਗਿਆ ਜੀ, ਕੋਈ ਡਾਕਟਰ ਨਹੀਂ ਹੈਗਾ ਜੀ, ਨਾ ਪੱਟੀ ਕੀਤੀ ਹੈ, ਕੋਈ ਨਹੀਂ ਜੀ, ਇੰਜੈਕਸ਼ਨ ਲੱਗਿਆ ਜੀ ਬਸ ਇਕੱਲਾ, ਕੋਈ ਡਾਕਟਰ ਨਹੀਂ ਆਇਆ ਜੀ, ਇੱਕ ਘੰਟਾ ਹੋ ਗਿਆ। ਬਿਆਨ ਦਰਜ ਕਰਕੇ ਜੋ ਉਹਦਾ ਨੁਕਸਾਨ ਹੋਇਆ ਜਾਂ ਜਿੰਨੀ ਉਹਦਾ ਮੈਡੀਕਲ ਰਿਪੋਰਟ ਆਉਂਦੀ ਹੈ ਉਹਦੇ ਮੁਤਾਬਕ ਜਿਹੜੇ ਬੰਦਿਆਂ ਦੇ ਖਿਲਾਫ ਉਹ ਬਿਆਨ ਦਏਗਾ, ਤੁਰੰਤ ਅਸੀਂ ਪਰਚਾ ਦਰਜ ਕਰਕੇ ਉਹਨਾਂ 'ਤੇ ਕਾਨੂੰਨੀ ਕਾਰਵਾਈ ਕਰ ਰਹੇ ਹਾਂ।